ਬਿਆਸ ਦੇ ਪਿੰਡ ਭਿੰਡਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਫਾਇਰਿੰਗ ਹੋਈ ਹੈ। ਦੱਸਦੀ ਹੈ ਕਿ ਗੋਲੀਆਂ ਦੇ ਨਿਸ਼ਾਨ ਦਰਵਾਜ਼ੇ ਤੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ। ਬਾਈਕ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ, ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ। ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਨੇ ਸ਼ੁਭਕੀਰਤ, ਜਿਸ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ। ਦੱਸਦੇ ਕਿ ਬਾਈਕ ਸਵਾਰਾਂ ਦੇ ਵੱਲੋਂ ਬੀਤੀ ਰਾਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗੇਟ ਤੇ ਫਾਇਰਿੰਗ ਕਰਦੇ ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਉਹਨਾਂ ਦੇ ਗੇਟ ਤੇ ਅੰਨੇਵਾਹ ਗੋਲੀਆਂ ਚਲਾ ਦਿੰਦੇ ਨੇ। ਗੋਲੀਆਂ ਦੇ ਨਿਸ਼ਾਨ ਸਾਫ਼ ਤੌਰ ਤੇ ਦਰਵਾਜ਼ਿਆਂ ਤੇ ਨਜ਼ਰ ਆ ਰਹੇ ਨੇ। ਦੱਸਦੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਤਨੀ ਬਤੌਰ ਸਰਪੰਚ ਉਮੀਦਵਾਰ ਖੜੀ ਹੋਈ ਸੀ। ਇਸ ਦੇ ਨਾਲ ਹੀ ਇਹ ਪਰਿਵਾਰ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੈ। ਹੁਣ ਕਿਸੇ ਦੇ ਨਾਲ ਕੀ ਰੰਜਸ ਸੀ, ਇਸ ਬਾਰੇ ਖੁਲਾਸਾ ਪੁਲਿਸ ਕਰੇਗੀ। ਤਾਂ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਸਾਫ਼ ਤੌਰ ਤੇ ਦਰਵਾਜ਼ਿਆਂ ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਔਰ ਇਹਨਾਂ ਦੇ ਵੱਲੋਂ ਲਲਕਾਰੇ ਮਾਰੇ ਗਏ, ਬਾਹਰ ਆਉਣ ਦੇ ਲਈ ਕਿਹਾ, ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਇਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। ਸਰ, ਰਾਤ ਅਸੀਂ ਆਏ ਹਾਂ, ਮੈਡੀਸਿਨ ਲੈ ਕੇ ਆਏ ਹਾਂ ਅਤੇ 11:40 ਦੇ ਮੈਂ ਘਰ ਆਇਆ ਵਾਂ ਅਤੇ ਮੇਰੇ 12:10 ਦੇ ਲਾਗੇ ਬੰਨੇ ਮੇਰੇ ਦਰਵਾਜ਼ੇ ਨੂੰ ਲੱਤਾਂ ਵੱਜੀਆਂ, ਨਾਲ ਲਲਕਾਰੇ ਵੱਜੇ ਗਏ ਕਿ ਬਾਹਰ ਆ। ਮੈਂ ਕੈਮਰੇ ਦੇ ਵਿੱਚ ਸਕਰੀਨ ਦੇ ਵਿੱਚ ਵੇਖਿਆ ਕਿ ਦੋ ਅਣਪਛਾਤੇ ਨੌਜਵਾਨ ਸਾਡੇ ਬਾਹਰ ਦਰਵਾਜ਼ੇ ਨੂੰ ਮਾਰ ਰਹੇ। ਜਦੋਂ ਮੈਂ ਦੇਖਿਆ ਤਾਂ ਉਹਨਾਂ ਨੇ ਫਾਇਰ ਕਰਕੇ ਉਹ ਭੱਜ ਗਏ, ਫਰਾਰ ਹੋ ਗਏ ਸੀਗੇ। ਕਿੰਨੇ ਫਾਇਰ ਹੋਏ ਨੇ ਤੁਹਾਡੇ? 4-5 ਫਾਇਰ ਹੋਏ ਆ ਜੀ, ਤੁਹਾਡੇ ਸਾਹਮਣੇ ਆ ਜਿਹੜੇ ਹੋਏ ਆ। ਇਹ ਕਿ ਸਾਡਾ ਜਾਨੀ ਨੁਕਸਾਨ ਹੋਣ ਤੋਂ ਰੱਬ ਨੇ ਬਚਾਇਆ ਜੀ ਸਾਨੂੰ। ਤਾਂ ਤੁਹਾਨੂੰ ਕਿਵੇਂ ਪਤਾ ਲੱਗਾ? ਸਾਡੇ ਹੀ ਕੈਮਰਾ ਲੱਗਿਆ, ਅੰਦਰ ਸਕਰੀਨ ਦੇਖੀ ਅਤੇ ਸਕਰੀਨ ਤੋਂ ਪਤਾ ਲੱਗਿਆ ਸਾਨੂੰ ਕਿ ਬਾਹਰ ਸਾਡੇ ਜਿਹੜੇ ਨੌਜਵਾਨ ਦੋ ਅਣਪਛਾਤੇ ਆ ਗੇਟ ਨੂੰ ਲੱਤਾਂ ਮਾਰ ਰਹੇ ਆ ਅਤੇ ਲਲਕਾਰੇ ਮਾਰ ਰਹੇ ਕਿ ਬਾਹਰ ਆਓ, ਤੈਨੂੰ ਜਿਉਂਦਾ ਨਹੀਂ ਛੱਡਣਾ ਅੱਜ। ਸਰ ਵੇਖੋ, ਲਾਕਡਾਊਨ ਮਾੜੀ ਮੋਟੀ ਤਾਂ ਹਰ ਇੱਕ ਦੀ ਪਿੰਡ ਦੀ ਹੁੰਦੀ ਆ, ਇਲੈਕਸ਼ਨ ਸੰਬੰਧ 'ਚ ਵੀ ਹੋ ਸਕਦੀ ਹੈ ਜੀ। ਮੈਂ ਨਾਮ ਤਾਂ ਨਹੀਂ ਕਿਸੇ ਦਾ ਲੈ ਰਿਹਾ, ਪਰ ਇਹ ਕਿ ਮੈਨੂੰ ਸ਼ੱਕ ਹੈ ਕਿ ਮੇਰੇ ਕੋਈ ਰੰਜਿਸ਼ ਰੱਖੀ ਗਈ ਹੈ ਮੇਰੇ ਨਾਲ। ਕਿਉਂ ਰੱਖੀ ਗਈ? ਸਰ, ਪੰਚਾਇਤੀ ਚੋਣਾਂ ਲੰਘ ਕੇ ਗਈਆਂ ਨੇ ਹੁਣ, ਉਹਦੇ ਵਿੱਚ ਮੇਰੀ ਮਿਸਿਜ ਕੈਂਡੀਡੇਟ ਸੀਗੇ ਸਰਪੰਚੀ ਦੇ, ਹੋ ਸਕਦਾ ਕੋਈ ਉਹ ਵੀ ਰੰਜਿਸ਼ ਹੋ ਸਕਦਾ ਹੋਵੇ, ਕਿਉਂਕਿ ਨੋਕ ਚੁੱਕ ਦਾ ਤੁਹਾਨੂੰ ਪਤਾ ਹੀ ਹੈ ਜੀ, ਪਿੰਡ 'ਚ ਜਦੋਂ ਇਲੈਕਸ਼ਨ ਹੋਵੇ ਇੱਦਾਂ ਚੱਲਦੀ ਆ। ਅਤੇ ਮੈਨੂੰ ਇਹੀ ਖਦਸ਼ਾ ਵਾ ਕਿ ਹੋ ਸਕਦਾ ਕਿ ਜਿਹੜੀ ਕਾਰਨਾਮਾ ਹੋਇਆ ਵਾ ਇਸ ਪੰਚਾਇਤੀ ਇਲੈਕਸ਼ਨ ਦੀ ਰੰਜਿਸ਼ ਕਰਕੇ ਹੀ ਹੋਇਆ ਹੋਵੇ। ਕਿਹੜੀ ਪਾਰਟੀ ਦਾ ਸੰਬੰਧ ਰੱਖਦੇ? ਮੈਂ ਜੀ ਆਮ ਪਾਰਟੀ ਤੋਂ ਯੂਥ ਪ੍ਰਧਾਨ ਹੈ ਜੀ, ਹਲਕਾ ਬਾਬੂ ਗਾਲੇ ਸਾਹਿਬ ਤੋਂ। ਇਹ ਕਰਕੇ ਵੀ ਹੋ ਸਕਦਾ? ਹਾਂਜੀ, ਇਹ ਕਰਕੇ ਵੀ ਹੋ ਸਕਦਾ ਜੀ। ਹੁਣ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਰਾਬਤਾ ਕੀਤਾ? ਹਾਂਜੀ, ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਜੀ। ਮੈਂ ਆਪਣੀ ਐਫ ਆਈ ਆਰ ਦਰਜ ਕਰਵਾ ਕੇ ਆਇਆ ਜੀ, ਆਪਣੀ ਬਿਆਨ ਦੇ ਕੇ ਆਇਆ। ਪੁਲਿਸ ਮੌਕੇ 'ਤੇ ਆ ਰਹੀ ਹੈ, ਬਿਆਨ ਮੌਕਾ ਜੋ ਵੀ ਹੋਏਗਾ, ਜੋ ਅਸੀਂ ਪੁਲਿਸ 'ਤੇ ਸਾਨੂੰ ਵਿਸ਼ਵਾਸ ਹੈ ਕਿ ਸਾਨੂੰ ਪੂਰਾ ਜਿਹੜਾ ਸਾਡਾ ਕਾਨੂੰਨੀ ਕਾਰਵਾਈ ਉਹ ਪਰਸਨਲ ਚੰਗੀ ਤਰੀਕੇ ਨਾਲ ਜਿਹੜੀ ਉਹ ਹੁੰਦੀ ਹੋਈ ਜਾਵੇ। ਠੀਕ ਹੈ ਸਰ, ਅਤੇ ਜਦੋਂ ਕਿੰਨੇ ਵਜੇ ਘਟਨਾਕ੍ਰਮ ਵਾਪਰਿਆ, ਤੁਸੀਂ ਸੂਚਿਤ ਕੀਤਾ ਸੀ ਪੁਲਿਸ ਨੂੰ ਕਿ ਰਾਬਤਾ ਕੋਈ ਹੋਇਆ ਤੁਹਾਡਾ ਉਸ ਟਾਈਮ 'ਤੇ? ਸਰ, ਅਸੀਂ ਜਿਸ ਟਾਈਮ ਦਾ ਹਾਲਾਤ ਬਣੇ ਸੀਗੇ, ਮੇਰਾ ਅਤੇ ਮੇਰਾ ਪਰਿਵਾਰ ਸਾਰੇ ਸਹਿਮੇ ਪਏ ਸੀਗੇ ਕਿ ਉਸ ਹਾਲਾਤ 'ਚ ਅਸੀਂ ਨਾ ਤਾਂ ਕਿਸੇ ਨੂੰ ਫੋਨ ਕਰਨ ਜੋਗੇ ਆ ਕਿ ਮੈਂ ਆਪਣੇ ਮਾਮਾ ਜੀ ਨੇ ਸਾਡੇ ਨਾਲ ਹੀ ਰਹਿੰਦੇ ਨੇ, ਉਹ ਅਸੀਂ ਆਪਸ 'ਚ ਡਰ ਦਾ ਮਾਹੌਲ ਐਡਾ ਕੁ ਬਣ ਕੇ ਅਸੀਂ ਕਿਸੇ ਨੂੰ ਇਤਲਾਹ ਨਹੀਂ। ਸਵੇਰੇ ਅਸੀਂ ਮੋਰਨਿੰਗ ਟਾਈਮ ਇਤਲਾਹ ਦਿੱਤੀ ਹੈ ਜੀ, ਅਤੇ ਦੋ ਅਣਪਛਾਤਿਆਂ ਦੇ ਆ ਸਾਨੂੰ ਖੰਸਾ, ਬਾਕੀ ਰੰਜਿਸ਼ ਵੀ ਹੋ ਸਕਦੀ ਹੈ ਜੀ ਕਹਿ ਸਕਦੇ ਹਾਂ। ਬਾਕੀ ਪੁਲਿਸ ਆਪਣੀ ਕਾਰਵਾਈ ਕਰੇ, ਸਾਨੂੰ ਮਾਣ ਹੈ ਜੀ ਪੁਲਿਸ ਦੇ ਕਿ ਸਾਡਾ ਪੁਲਿਸ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇਵੇਗਾ। ਠੀਕ ਹੈ, ਦਿਨ ਦਿਹਾੜੇ ਮਤਲਬ ਕੋਈ ਨਾ ਕੋਈ ਵਾਰਦਾਤ ਸਬ ਡਿਵੀਜ਼ਨ ਬਾਬਾ ਬਕਾਲਾ ਸਾਹਿਬ 'ਚ ਹੋ ਰਹੀ ਹੈ, ਕਿਵੇਂ ਵੇਖ ਰਹੇ ਹੋ? ਸਰ ਦੇਖੋ ਜੀ, ਜਿਹੜਾ ਇਹ ਪ੍ਰਸ਼ਾਸਨ ਸਿਰਫ ਇੱਕ ਤਾਂ ਨਿੱਕੀ ਨਿੱਕੀ ਗੱਲ ਤੋਂ ਲੋਕ ਹਰ ਇੱਕ ਗੋਲੀ ਦਾ ਹੀ ਮੇਨ ਮਕਸਦ ਰੱਖ ਲਿਆ ਜੀ ਇਹਨਾਂ ਨੇ, ਇਹ ਗੈਂਗਸਟਰਾਂ ਨੇ ਇੱਕ ਕਦੇ ਫਰੌਤੀ ਮੰਗ ਰਹੇ ਜੀ, ਕਦੇ ਕੁਛ ਮੰਗ ਰਹੇ ਆ ਕਿ ਮਾੜੇ ਹਾਲਾਤ ਹੋ ਰਹੇ ਨੇ ਦਿਨ ਦਿਨ ਤੋਂ ਦਿਨ ਜਿਹੜੇ ਹੋ ਰਹੇ ਆ।